ਮਿੱਤਰ ਸਨਮਿਤ ਦਾ ਨੋਵਲ ਕੌਰਵ ਸਭਾ ਤੀਸਰਾ ਅੰਗ ਅਗਲਾ ਹਿੱਸਾ ਇੱਕ ਪੜੋਸਨ ਜਿਹੜੀ ਕੁਝ ਦਿਨ ਪਹਿਲਾਂ ਨੇਹਾ ਕੋਲੋਂ ਉੱਠ ਕੇ ਗਈ ਸੀ ਨੇ ਡਾਕਟਰ ਦੀ ਗੈਰ ਹਾਜ਼ਰੀ ਦਾ ਕਾਰਨ ਦੱਸਿਆ ਅੰਕਲ ਮੈਂ ਨਰਸ ਨੂੰ ਪੁੱਛਿਆ ਸੀ ਕਿ ਡਾਕਟਰ ਕਿਉਂ ਨਹੀਂ ਆਉਂਦੀ ਉਹ ਕਹਿੰਦੀ ਡਾਕਟਰ ਕਿਸੇ ਮੰਤਰੀ ਦੀ ਨੂੰਹ ਹੈ ਉਹਨੂੰ ਕਿਸੇ ਦਾ ਡਰ ਨਹੀਂ ਜਦੋਂ ਦਿਲ ਕਰਿਆ ਆਏਗੀ ਪਲੀਜ਼ ਕੁਝ ਕਰੋ ਮੇਰੀ ਸਹੇਲੀ ਮਰ ਜਾਏਗੀ ਅੱਖਾਂ 'ਚ ਹੰਝੂ ਭਰ ਕੇ ਪਲਵੀ ਨੇ ਆਪਣਾ ਤਜਰਬਾ ਰਾਮਨਾਥ ਨਾਲ ਸਾਂਝਾ ਕੀਤਾ ਇਸੇ ਲਈ ਵਾਰਡ ਖਾਲੀ ਪਿਆ ਹੈ ਮਨੀ ਮਨ ਸੋਚਦੇ ਰਾਮਨਾਥ ਨੂੰ ਸਮਝ ਨਹੀਂ ਸੀ ਆ ਰਹੀ ਉਹ ਡਾਕਟਰ ਨੂੰ ਕਿਸ ਤਰ੍ਹਾਂ ਡਿਊਟੀ ਤੇ ਹਾਜ਼ਰ ਕਰਾਏ ਹਾਲਾਤ ਅਜਿਹੇ ਸਨ ਕਿਸੇ ਦੀ ਸ਼ਿਕਾਇਤ ਨਹੀਂ ਸੀ ਕੀਤੀ ਜਾ ਸਕਦੀ ਕਿਸੇ ਨਾਲ ਲੜਿਆ ਨਹੀਂ ਸੀ ਜਾ ਸਕਦਾ ਕਾਨੂੰਨ ਦੇ ਅਸਲ ਮਕਸਦ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ ਕਾਨੂੰਨ ਦੇ ਨਾਂ ਤੇ ਮਰੀਜ਼ ਨੂੰ ਡਾਕਟਰੀ ਸਹਾਇਤਾ ਤੋਂ ਵਾਂਝਾ ਰੱਖਿਆ ਜਾ ਰਿਹਾ ਸੀ ਮਰੀਜ਼ ਦੇ ਜ਼ਖਮ ਸੜਦੇ ਜਾ ਰਹੇ ਸਨ ਖੂਨ ਵਹਿ ਰਿਹਾ ਸੀ ਕੱਪੜੇ ਗੰਦੇ ਸਨ ਜ਼ਖਮਾਂ 'ਚ ਮਿੱਟੀ ਘਟਾ ਪੈ ਰਿਹਾ ਸੀ ਇਨਫੈਕਸ਼ਨ ਦਾ ਡਰ ਸੀ ਇੰਜਰੀ ਰਿਪੋਰਟ ਦੇ ਬਹਾਨੇ ਮਰੀਜ਼ ਨੂੰ ਮੌਤ ਦੇ ਮੂੰਹ ਹਲ ਤੱਕਿਆ ਜਾ ਰਿਹਾ ਸੀ ਰਾਮਨਾਥ ਨੇ ਆਲੇ ਦੁਆਲੇ ਦਾ ਜਾਇਜ਼ਾ ਲਿਆ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਉਹਨੂੰ ਨਜ਼ਰ ਨਹੀਂ ਸੀ ਆ ਰਿਹਾ ਫੋਨ ਉਹ ਬਹੁਤ ਥਾਈ ਕਰਵਾ ਚੁੱਕਾ ਸੀ ਕੋਈ ਆਈ ਤੇ ਰਾਮਨਾਥ ਨੇ ਜ਼ਿੰਮੇਵਾਰੀ ਵੰਡਾਈ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਹੋ ਰਿਹਾ ਸੀ। ਰਾਮਨਾਥ ਦੇ ਆ ਜਾਣ ਨਾਲ ਪੜੋਸੀ ਆਪਣੇ ਆਪ ਨੂੰ ਭਾਰ ਮੁਕਤ ਸਮਝਣ ਲੱਗ ਪਏ। ਇੱਕ ਇੱਕ ਕਰਕੇ ਉਹ ਘਰ ਨੂੰ ਮੁੜਨ ਲੱਗੇ। ਕਿਸੇ ਨੇ ਦਫ਼ਤਰ ਜਾਣਾ ਸੀ, ਕਿਸੇ ਦੇ ਬੱਚੇ ਸਕੂਲੋਂ ਲੇਟ ਹੋ ਰਹੇ ਸਨ, ਕਿਸੇ ਨੇ ਦੁਕਾਨ ਖੋਲ੍ਹਣੀ ਸੀ, ਕਿਸੇ ਨੇ ਬੱਸ ਚੜ੍ਹਨਾ ਸੀ। ਰਾਮਨਾਥ ਨੂੰ ਨੇਹਾ ਦੀ ਅਸਲੀ ਹਾਲਤ ਦਾ ਪੂਰਾ ਜਾਇਜ਼ਾ ਨਹੀਂ ਸੀ ਹੋ ਰਿਹਾ। ਮਾਮੇ ਭਾਜੀ ਵਾਲੀ ਅੱਖ ਦੀ ਸ਼ਰਮ ਕੋਈ ਮਹੱਤਤਾ ਨਹੀਂ ਸੀ ਰਹਿ ਗਈ ਸਾਰੇ ਸਮਾਜਿਕ ਰਿਸ਼ਤੇ ਛਿੱਕੇ ਟੰਕੇ RAMNAT ਨੇ Neha ਦੇ ਸਰੀਰ ਤੇ ਪਈ ਚਾਦਰ ਉੱਪਰ ਚੁਕਣੀ ਸ਼ੁਰੂ ਕੀਤੀ ਉਹ ਕੁੜੀ ਦੇ ਸਰੀਰ ਦੀ ਹਾਲਤ ਅੱਖੀਂ ਵੇਖਣਾ ਚਾਹੁੰਦਾ ਸੀ Neha ਦੇ ਸਾਰੇ ਕੱਪੜੇ ਲੀਰੋ ਲੀਰ ਤੇ ਖੂਨ ਨਾਲ ਲਤਪਟ ਸਨ ਬਾਹਾਂ ਹਿੱਕ ਤੇ ਢਿੱਡ ਉੱਤੇ Neha ਤੇ ਬਲਦਕਾਰੀ ਵਿਚਕਾਰ ਹੋਈ ਜਦੋਂ ਜੈ ਦੇ ਨਿਸ਼ਾਨ ਸਨ ਇਹ ਉਹ ਹਲ ਪੱਟਾਂ ਤੇ ਲੱਤਾਂ ਦਾ ਸੀ RAMNAT ਨੇ ਇੱਕ ਇੱਕ ਅੰਗ ਹਿਲਾ ਕੇ ਟੋਕੇ ਦੇਖਿਆ ਸ਼ੁਕਰ ਸੀ ਸਭ ਅੰਗ ਸਬੂਤੇ ਸਨ ਨੇਹਾ ਨੂੰ ਸਰੀਰਕ ਨਾਲੋਂ ਮਾਨਸਿਕ ਨੁਕਸਾਨ ਵੱਧ ਹੋਇਆ ਸੀ। ਕੁਝ ਕੋ ਰਾਹਤ ਮਹਿਸੂਸ ਕਰਕੇ ਰਾਮਨਾਥ ਨੂੰ ਵੇਧ ਦੀ ਚਿੰਤਾ ਖਾਣ ਲੱਗੀ। ਮੈਂ ਕਰਦਾ ਕੋਈ ਇੰਤਜ਼ਾਮ। ਬਸ 5 ਮਿੰਟਾਂ ਅੰਚ ਮੈਂ ਆਇਆ। ਪਲਵੀ ਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਵਿਸ਼ਵਾਸ ਦਿਵਾਉਂਦਾ ਰਾਮਨਾਥ ਹੱਡੀਆਂ ਦੇ ਵਾਰਡ ਵੱਲ ਹੋ ਗਿਆ। 6 ਵਜੀਆਂ ਨੂੰ 5-6 ਘੰਟੇ ਹੋ ਗਏ ਸਨ। ਮਰੀਜ਼ਾਂ ਨੂੰ ਹਾਲੇ ਤੱਕ ਡਾਕਟਰਾਂ ਨੇ ਛੋਇਆ ਤੱਕ ਨਹੀਂ ਸੀ। ਡਾਕਟਰਾਂ ਦੀ ਇਹ ਅਣਗਹਿਲੀ ਮਰੀਜ਼ਾਂ ਲਈ ਮਲਜ਼ਮਾ ਨਾਲੋਂ ਵੱਧ ਘਾਤਕ ਸਿੱਧ ਹੋ ਰਹੀ ਸੀ। ਪਰ RAMNATH ਕਿਸ ਨਾਲ ਟੱਕਰ ਮਾਰੇ ਇੱਕ ਮਿੰਟ ਲਈ ਉਹਦੇ ਜ਼ਹਿਨ 'ਚ ਸਾਈਕਲ ਸਟੈਂਡ ਦੇ ਠੇਕੇਦਾਰ ਦਾ ਨਾਮ ਘੁੰਮਿਆ RAMNATH ਉਹਦੇ ਮਹਿੰਦਰੇ ਦੀ ਕਲਪਨਾ ਕਰਨ ਲੱਗਾ ਕੋਈ ਮੋਢੇ ਢਿੱਡ ਵਾਲਾ ਘਰਬੜੀ ਦਾੜੀ ਵਾਲਾ ਕਾਲਾ ਕਲੋਟਾ ਜਿਹਾ ਕੁਰਤੇ ਪਜਾਮੇ ਤੇ ਮੋਢੇ ਤੇ ਰੱਖੇ ਪਰਨੇ ਵਾਲਾ ਸਿਵਲ ਹਸਪਤਾਲਾਂ 'ਚ ਮਿਲਦੇ ਆਮ ਟਾਊਟਾਂ ਵਰਗਾ ਉਹ ਟਾਊਟ ਹੋਏਗਾ ਨੀਹਾ ਵਾਲਾ ਕੇਸ ਉਹਨੂੰ ਆਮ ਬਲਾਦਕਾਰ ਵਰਗਾ ਕੇਸ ਲੱਗਾ ਹੋਏਗਾ ਦਲਾਲ ਡਾਕਟਰ ਦੀ ਫੀਸ ਦਾ ਜੁਗਾੜ ਕਰਨ 'ਚ ਰੁੱਝਿਆ ਹੋਏਗਾ ਪਰੇ ਮੁਕਦਮਾ ਆਪਣੀ ਕਿਸਮ ਦਾ ਸੀ ਅਸਲ ਮਾਮਲਾ ਚੋਰੀ ਡਕੈਤੀ ਦਾ ਸੀ ਅਜਿਹੇ ਕੇਸਾਂ 'ਚ ਅਕਸਰ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਆਉਂਦੇ ਆਉਣ ਤਾਂ ਸਾਲ 6 ਮਹੀਨੇ ਪਿੱਛੋਂ ਆਉਂਦੇ ਹੈ ਉਦੋਂ ਤੱਕ ਇੰਨੀ ਦੇਰ ਹੋ ਚੁੱਕੀ ਹੁੰਦੀ ਹੈ ਕਿ ਸਾਰੇ ਸਬੂਤ ਮਿਟ ਚੁੱਕੇ ਹੁੰਦੇ ਹਨ ਕਾਨੂੰਨ ਦੋਸ਼ੀਆਂ ਦੀ ਪਿੱਠ ਪਲੋਸਦਾ ਹੈ ਸ਼ੱਕ ਦਾ ਫਾਇਦਾ ਦੇ ਕੇ ਬਰੀ ਕਰ ਦਿੰਦਾ ਏਸ ਕੇਸ ਦਾ ਇਹੋ ਹਸ਼ਰ ਹੋਣ ਵਾਲਾ ਸੀ ਰਾਮਨਾਥ ਨੂੰ ਹੁਣ ਇਹ ਸੰਕੜੇ ਕਮਜ਼ੋਰੀਆਂ ਨਜ਼ਰ ਆ ਰਹੀਆਂ ਸਨ ਥੋੜੀ ਦੇਰ ਬਾਅਦ ਪੁਲਿਸ ਨੇ ਭਾਰੀ ਮਚਾ ਦੇਣੀ ਸੀ ਪਰ ਚੱਕ ਟਵਾਓ ਕਾਨੂੰਨ ਕਹਿੰਦਾ ਸੀ ਪਰਚੇ 'ਚ ਹੋਈ ਵਾਰਦਾਤ ਦੀ ਹਰ ਬਰੀਕੀ ਦਰਜ ਕਰਾਓ ਦੋਸ਼ੀਆਂ ਦੇ ਨਾਮ ਪਤੇ ਹੁਲੀਏ ਕਿਸ ਦੋਸ਼ੀ ਕੋਲ ਕਿਹੜਾ ਹਥਿਆਰ ਸੀ ਉਸ ਹਥਿਆਰ ਨਾਲ ਉਹਨੇ ਕਿਸ ਕਿਸ ਬੰਦੇ ਦੇ ਕਿੱਥੇ ਕਿੱਥੇ ਸੱਟ ਮਾਰੀ ਇਹ ਸਭ ਸਪਸ਼ਟ ਦੱਸਿਆ ਜਾਵੇ ਕਿਦਰੇ ਕੋਤਾਹੀ ਰਹਿ ਗਈ ਤਾਂ ਕਹਾਣੀ ਨੂੰ ਸ਼ੱਕੀ ਗਿਣਿਆ ਜਾਣਾ ਸੀ ਸ਼ੱਕ ਦਾ ਫਾਇਦਾ ਦੋਸ਼ੀਆਂ ਨੂੰ ਮਿਲਣਾ ਸੀ ਘਟਨਾ ਵਾਲੀ ਥਾਂ ਤੇ ਮੌਜੂਦ ਚਾਰ ਬੰਦਿਆਂ 'ਚੋਂ ਇੱਕ ਸਦਾ ਦੀ ਨੀਂਦ ਸੌ ਚੁੱਕਾ ਸੀ ਬਾਕੀ ਦੇ ਤਿੰਨਾਂ ਨੂੰ ਆਪਣੀ ਹੋਸ਼ ਨਹੀਂ ਸੀ ਦੋਸ਼ੀਆਂ ਦੀ ਗਿਣਤੀ ਫੁਲੀਆਂ ਤੇ ਘਟਨਾ ਕ੍ਰਮ ਦਾ ਵੇਰਵਾ ਕੌਣ ਦੇਗਾ ਇਹ ਵਾਰਦਾਤ ਸਧਾਰਨ ਬੰਦਿਆਂ ਵੱਲੋਂ ਨਹੀਂ ਸੀ ਕੀਤੀ ਗਈ ਦੋਸ਼ੀ ਆਦੀ ਮੁਜਰਮ ਜਾਬਦੇ ਸਨ ਉਹ ਕਾਨੂੰਨੀ ਨੁਕਤੇ ਤੋਂ ਜਾਣੂ ਹੋਣਗੇ ਉਹ ਹੱਥਾਂ ਉੱਪਰ ਦਸਤਾਨੇ ਚੜਾ ਕੇ ਮੂੰਹ ਸਿਰ ਧੱਕ ਕੇ ਪਿੰਡੇ ਉੱਪਰ ਇਤਰ ਛਿੜਕ ਕੇ ਆਏ ਹੋਣਗੇ ਉਹਨਾਂ ਨੇ ਵੇਦ ਹੋਰਾਂ ਨੂੰ ਸੁੱਤਿਆਂ ਨੂੰ ਨੱਪ ਲਿਆ ਹੋਵੇਗਾ ਕੀ ਹੋ ਰਿਹਾ ਹੈ ਇਹ ਸਮਝਣ ਦਾ ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਹੋਣਾ ਘਰ ਦੇ ਕਿਸੇ ਮੈਂਬਰ ਤੋਂ ਦੋਸ਼ੀਆਂ ਦੀ ਪਹਿਚaan ਨਹੀਂ ਹੋਣੀ ਸ਼ੱਕ ਦਾ ਲਾਭ ਫਿਰ ਦੋਸ਼ੀਆਂ ਨੂੰ ਮਿਲੇਗਾ ਫਿਰ ਡਾਕਟਰਾਂ ਦਾ ਘਰ ਕਿਉਂ ਭਰਿਆ ਜਾਏ ਇਸ ਮਸਲੇ ਤੇ ਵਿਚਾਰ ਕਰਦੇ ਰਾਮਨਾਥ ਨੂੰ ਪਤਾ ਨਹੀਂ ਸੀ ਲੱਗਾ ਕਦੋਂ ਹੱਡੀਆਂ ਦੇ ਵਾਰਡ ਪੁੱਜ ਗਿਆ ਸੀ ਹੱਡੀਆਂ ਵਾਲਾ ਵਾਰਡ ਖਾਲੀ ਪਿਆ ਸੀ ਇੱਥੇ ਇੱਕ ਵੀ ਮਰੀਜ਼ ਨਹੀਂ ਸੀ ਵੇਦ ਨੂੰ ਵਾਰਡ ਵਿੱਚ ਨਾ ਵੇਖ ਕੇ ਰਾਮਨਾਥ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਸ਼ਾਇਦ ਵੇਦ ਚੱਲ ਵਸਿਆ ਸੀ ਵੇਦ ਜੀ ਨੂੰ ਮਿਲਣਾ ਉਹ ਮੇਰੇ ਨਾਲ ਉਹ ਐਕਸਰੇ ਵਿਭਾਗ ਛਾ ਇਹ ਬਾਉ ਜੈਨਾਰਾਇਣ ਤੇ रामनाथ ਦੋਹਾਂ ਲਈ ਉਪਰ ਆਸੀ ਨਾ ਉਹ ਵੇਦ ਦਾ ਪਰੋਸੀ ਸੀ ਨਾ ਰਿਸ਼ਤੇਦਾਰ ਕੀ ਹਾਲ ਹੈ ਵੇਦ ਜੀ ਦਾ रामनाथ ਦਾ ਉਹ ਉਤਸੁਕਤਾ ਭਰਿਆ ਸਵਾਲ ਇਸ ਵਾਰ ਇਸ ਅਜਨਬੀ ਬਾਬੂ ਨੇ ਸੀ ਖਤਰੇ ਤੋਂ ਪੂਰੀ ਤਰ੍ਹਾਂ ਬਾਹਰ ਨੇ ਬਾਹਰ ਨੇ ਲੱਤਾਂ ਬਾਹਾਂ ਟੁੱਟੀਆਂ ਨਹੀਂ ਐਕਸਰੇ ਹੋਣੇ ਨੇ ਬਾਬੂ ਦੇ ਮੂੰਹੋਂ ਇੰਨੀ ਗੱਲ ਸੁਣ ਕੇ रामनाथ ਤੇ ਸਾਹ ਸਾਂ ਆ ਤੁਸੀ ਜੈ ਨਰਾਇਣ ਨੇ ਬਾਬੂ ਬਾਬੂ ਤੋਂ ਦੀ ਪਛਾਣ ਪੁੱਛੀ ਮੈਂ ਠੇਕੇਦਾਰ ਹਾਂ ਸੋਨ ਲਾਲ ਮੇਰਾ ਨਾਮ ਸੋਨੇ ਦੀਆਂ ਤਿੰਨ ਮੁੰਦਰੀਆਂ ਵਾਲੇ ਸੱਜੇ ਹੱਥ ਨੂੰ ਹਿੱਕ ਤੇ ਰੱਖ ਕੇ ਬਾਊ ਨੇ ਆਪਣਾ ਨਾਂ ਤੇ ਕਿੱਤਾ ਦੱਸਿਆ ਜੈ ਨਰਾਇਣ ਤੇ ਰਾਮਨਾਥ ਬਾਕੀ ਦਾ ਕਿਸਾ ਆਪੇ ਸਮਝ ਗਏ ਇਹ ਵਾਰਡ ਖਾਲੀ ਕਿਉਂ ਪਿਆ ਟਾਈਮ ਪਾਸ ਕਰਨ ਲਈ ਰਸਤੇ 'ਚ ਜੈ ਨਰਾਇਣ ਨੇ ਠੇਕੇਦਾਰ ਤੋਂ ਪੁੱਛਿਆ ਇਸ ਵਾਰਡ ਦੇ ਡਾਕਟਰ ਦੀ ਤਰੱਕੀ ਹੋ ਗਈ ਹੈ ਇਸ ਹਸਪਤਾਲ ਦਾ ਇਹ ਸਭ ਤੋਂ ਅਹਿਮ ਵਾਰਡ ਹੈ ਲੜਾਈ ਝਗੜੇ 'ਚ ਹੱਡ ਤੋੜਾ ਕੇ ਲੋਕ ਐਸੇ ਵਾਰਡ 'ਚ ਆਉਂਦੇ ਆ ਡਾਕਟਰ ਦੋਹਾਂ ਪਾਸਿਆਂ ਤੋਂ ਪੈਸੇ ਛਾੜਦੇ ਆ ਕਈ ਡਾਕਟਰ ਇੱਥੇ ਆਉਣ ਲਈ ਭਾਜ-ਨਾਟਕ ਕਰ ਰਹੇ ਆ ਇੱਕ ਜਾਂਦਾ ਆਪਣਾ ਆਰਡਰ ਕਰਵਾ ਲੈਂਦਾ ਦੂਜਾ ਉਹ ਤੋਂ ਵੱਡਾ ਬਰੀਫ ਕੈਸ ਲੈ ਜਾਂਦਾ ਉਹ ਪਹਿਲੇ ਆਰਡਰ ਕੈਨਸਲ ਕਰਵਾ ਕੇ ਆਪਣੇ ਆਰਡਰ ਕਰਵਾ ਲੈਂਦਾ ਦੋ ਮਹੀਨੇ ਚ ਪੰਜ ਬਦਲੀਆਂ ਹੋ ਗਈਆਂ ਇਸੇ ਚੱਕਰ ਕਾਰਨ ਥਾਂ ਖਾਲੀ ਪਈ ਹੈ ਬਿਨਾ ਡਾਕਟਰ ਤੋਂ ਮਰੀਜ਼ਾਂ ਨੇ ਇੱਥੇ ਆ ਕੇ ਕੀ ਕਰਨਾ ਫਿਰ ਸਾਡੇ ਮਰੀਜ਼ਾਂ ਦਾ ਇਲਾਜ ਕੌਣ ਕਰੇਗਾ ਕਿਸੇ ਨੇ ਨਹੀਂ ਐਕਸ-ਰੇ ਕਰਾਓ ਮਨਮਰਜ਼ੀ ਦੀ ਰਿਪੋਰਟ ਲਓ ਫਿਰ ਜਿਹੜੇ ਮਰਜ਼ੀ ਚੰਗੇ ਹਸਪਤਾਲ ਚ ਚਲੇ ਜਾਓ ਹਸਪਤਾਲ ਦੀ ਸਥਿਤੀ ਤੋਂ ਜਾਣੂ ਕਰਾਉਂਦਾ ਠੇਕੇਦਾਰ ਉਹਨਾਂ ਨੂੰ ਐਕਸ-ਰੇ ਵਿਭਾਗ ਕੋਲ ਲੈ ਆਇਆ ਐਕਸ ਰੇ ਵਿਭਾਗ ਦੇ ਅੱਗੇ ਮਰੀਜ਼ਾਂ ਦੀ ਭੀੜ ਲੱਗੀ ਸੀ 81 ਸਾਲ ਦੀ ਕੁੜੀ ਦੀ ਸਾਈਕਲ ਸਿੱਖਦਿਆਂ ਲੱਤ ਟੁੱਟ ਗਈ ਸੀ ਉਹ ਦਰਦ ਨਾਲ ਕਰਾ ਰਹੀ ਸੀ ਉਹਦੇ ਮਾਪੇ ਉਹਨੂੰ ਚੁੱਪ ਕਰਾਉਣ ਦਾ ਯਤਨ ਕਰ ਰਹੇ ਸੀ ਫੈਕਟਰੀ ਦੀ ਉਸਾਰੀ ਚੱਲਦੇ ਸਮੇਂ ਪੈਡ ਹੇਲ ਜਾਣ ਕਾਰਨ ਇੱਕ ਮਜ਼ਦੂਰ ਜ਼ਮੀਨ ਤੇ ਡਿੱਗ ਪਿਆ ਸੀ ਉਹਦਾ ਮੋਢਾ ਟੁੱਟ ਗਿਆ ਸੀ ਕੁਝ ਮਜ਼ਦੂਰ ਨੇਤਾ ਉਹਨੂੰ ਹਸਪਤਾਲ ਲੈ ਕੇ ਆਏ ਸਨ ਰਿਪੋਰਟ ਲੈ ਕੇ ਉਹਨਾਂ ਨੇ ਮਾਲਕ ਤੇ ਕਲੇਮ ਦਾ ਮੁਕੱਦਮਾ ਠੋਕਣਾ ਸੀ ਸਭ ਤੋਂ ਪਹਿਲਾ ਨੰਬਰ ਵੇਦ ਦਾ ਸੀ ਉਾਇਆ ਵੀ ਸਭ ਤੋਂ ਪਹਿਲਾਂ ਸੀ ਤੇ ਉਹਦੀਆਂ ਸੱਟਾਂ ਵੀ ਗੰਭੀਰ ਸਨ ਉਹਦੇ ਨਾਲ ਇੱਕ ਹੌਲਦਾਰ ਖੜਾ ਸੀ ਜਿਹਨੂੰ ਹੁਣੇ-ਹੁਣੇ ਮਰੀਜ਼ਾਂ ਦਾ ਮੁਆਇਨਾ ਕਰਾਉਣ ਲਈ ਹਸਪਤਾਲ ਭੇਜਿਆ ਗਿਆ ਸੀ ਵੇਦ ਸਟੈਚਰ ਉੱਪਰ ਬੇਹੋਸ਼ ਪਿਆ ਸੀ ਕੁਝ ਬੰਦੇ ਉਹਨੂੰ ਘੇਰਾ ਪਾਈ ਖੜੇ ਸੀ ਇਹ ਕੌਣ ਸਨ ਕੀ ਕਰ ਰਹੇ ਸਨ ਇਹਨਾਂ ਪ੍ਰਸ਼ਨਾਂ ਦੇ ਉੱਤਰ ਜਾਣਨ ਲਈ ਰਾਮਨਾਥ ਤੇਜ਼ੀ ਨਾਲ ਵੇਦ ਵੱਲ ਵਧਿਆ ਆਪਣੇ ਜੀਜੇ ਸਰਦਾਰੀ لال ਨੂੰ ਵੇਦ ਕੋਲ ਖੜਾ ਦੇਖ ਕੇ ਰਾਮਨਾਥ ਨੇ ਸੁੱਖ ਦਾ ਸਾਹ ਲਿਆ ਇੱਕ ਤੇ ਇੱਕ ਉਹ ਹੁਣ 11 ਹੋ ਗਏ ਸਨ ਸਰਦਾਰੀ لال ਨਾਲ ਉਹਦਾ ਦੋਸਤ ਡਾਕਟਰ ਦੇਵ ਵੀ ਸੀ ਡਾਕਟਰ ਦੇਵ ਵੇਦ ਦਾ ਮੋਆਇਨਾ ਕਰ ਰਿਹਾ ਸੀ ਮੋਆਇਨਾ ਮੁਕੰਮਲ ਕਰਕੇ ਡਾਕਟਰ ਰਾਮਨਾਥ ਤੇ ਸਰਦਾਰੀ لال ਨੂੰ ਇੱਕ ਪਾਸੇ ਲੈ ਗਿਆ ਵੇਦ ਦੀਆਂ ਦੋਹੇ ਬਾਹਾਂ ਤੇ ਦੋਹੇ ਟੰਗਾਂ ਕਈ-ਕਈ ਥਾਵਾਂ ਤੋਂ ਟੁੱਟੀਆਂ ਸਨ ਇਕੱਲੇ ਪਲਸਟਰ ਨਾਲ ਕੰਮ ਨਹੀਂ ਸੀ ਚੱਲਣਾ ਰੌਡ ਪਾਉਣੇ ਪੈਣੇ ਸਨ ਜਿਵਾੜੇ ਦੀ ਖੱਡੀ ਵੀ ਟੁੱਟ ਗਈ ਟੁੱਟੀ ਲੱਗਦੀ ਸੀ ਉਹ ਹੱਡੀ ਦੀ ਸਹੀ ਹਾਲਤ ਸਕੈਨ ਬਾਅਦ ਪਤਾ ਚੱਲਣੀ ਸੀ ਜਾਨ ਨੂੰ ਕੋਈ ਖਤਰਾ ਨਹੀਂ ਸੀ ਪਰ ਫੌਰੀ ਸੰਭਾਲ ਜ਼ਰੂਰੀ ਸੀ ਸਰਦਾਰੀ لال ਨੂੰ ਐਕਸਰੇ ਵਾਲੇ ਡਾਕਟਰ ਦੀ ਗੈਰ ਹਾਜ਼ਰੀ ਦਾ ਕਾਰਨ ਪਤਾ ਲੱਗ ਚੁੱਕਾ ਸੀ। ਇਸ ਡਾਕਟਰ ਦੀ ਦਿਆਨੰਦ ਹਸਪਤਾਲ ਦੇ ਬਾਹਰ ਆਪਣੀ ਐਕਸਰੇ ਕਰਨ ਦੀ ਕਲੀਨਿਕ ਸੀ ਜਿਹੜੀ ਉਹਨੇ ਆਪਣੀ ਪਤਨੀ ਦੇ ਨਾਂ ਖੋਲੀ ਹੋਈ ਸੀ। ਹਸਪਤਾਲੋਂ ਘੰਟੇ 2 ਘੰਟੇ ਲਈ ਆਉਂਦਾ ਸੀ। 12 1 ਵਜੇ ਦੇ ਕਰੀਬ ਜਦੋਂ ਸਾਰੇ ਮਰੀਜ਼ ਇਕੱਠੇ ਹੋ ਜਾਂਦੇ ਸੀ ਉਹ ਇੱਕ ਦੋ ਉਹ ਐਕਸਰੇ ਕਰਦਾ ਸੀ ਜਿਸ ਵਿੱਚ ਫੀਸ ਮਿਲਦੀ ਸੀ। ਬਾਕੀਆਂ ਲਈ ਕੋ ਬਹਾਨਾ ਸੀ ਫਿਲਮਾਂ ਖਤਮ ਸਨ। ਰੋਂਦੇ-ਕਰੌਂਦੇ ਮਰੀਜ਼ ਵਾਪਸ ਚਲੇ ਜਾਂਦੇ ਸਨ। ਅੱਜ ਉਹ ਅਦਾਲਤ ਵਿੱਚ ਸ਼ਹਾਦਤ ਦੇਣ ਗਿਆ ਹੋਇਆ ਸੀ ਪਤਾ ਨਹੀਂ ਕਦੋਂ ਸ਼ਹਾਦਤ ਹੋਵੇ ਕਦੋਂ ਮੁੜੇ ਕਦੇ-ਕਦੇ ਸ਼ਹਾਦਰ ਸ਼ਾਮ ਦੇ 4 ਵਜੇ ਤੱਕ ਨਹੀਂ ਸੀ ਹੁੰਦੀ ਅਜਿਹੀ ਸੂਰਤ ਵਿੱਚ ਫਾਰਮਾਸਿਸਟਾਂ ਨੂੰ ਮਰੀਜ਼ਾਂ ਕੋਲੋਂ ਮਾਫੀ ਮੰਗਣੀ ਪੈਂਦੀ ਸੀ RAMNAT ਨੂੰ ਡਾਕਟਰ ਦੇ ਇਸ ਬਹਾਨੇ ਤੋਂ ਗੁੱਸਾ ਆਇਆ ਉਹ ਕੋਰਾ ਝੂਠ ਬੋਲ ਰਿਹਾ ਸੀ ਡਾਕਟਰ 11 11:30 ਵਜੇ ਅਦਾਲਤ ਆਉਂਦੇ ਸਨ ਜੱਜ ਉਹਨਾਂ ਨੂੰ ਪਹਿਲ ਦਿੰਦੇ ਸਨ ਸਾਰੇ ਕੰਮ ਰੋਕ ਕੇ ਉਹਨਾਂ ਦੀ ਗਵਾਹੀ ਹੁੰਦੀ ਸੀ ਮਕਸਦ ਇਹ ਸੀ ਮਰੀਜ਼ ਰੁੱਲਦੇ ਨਾ ਰਹਿਣ ਇਹ ਸ਼ਹਾਦਤ ਦੇ ਬਹਾਨੇ ਆਪਣੀ ਕਲੀਨਿਕ ਚਲਾ ਰਿਹਾ ਸੀ ਹੁਣ ਕੀ ਕਰੀਏ ਡਾਕਟਰ ਨੂੰ ਡੀਕੀਏ ਜਾਂ ਕਿਧਰੇ ਹੋਰ ਚਲੀਏ ਕਾਨੂੰਨੀ ਨਜ਼ਰੀਏ ਤੋਂ ਕੀ ਕਰਨਾ ਚਾਹੀਦਾ ਸਰਦਾਰੀ لال ਨੇ ਸਾਰੀ ਜ਼ਿੰਮੇਵਾਰੀ RAMNATH ਦੇ ਮੋਢਿਆਂ ਤੇ ਸੁੱਟਦੀ ਤੁਸੀਂ ਮੈਨੂੰ ਦੱਸੋ ਕੀ ਸਮੱਸਿਆ ਆਖੋ ਡਾਕਟਰ ਨੂੰ ਹੁਣੇ ਬੁਲਾ ਦਿਆਂ ਮੇਰੇ ਕੋਲ ਉਹਦੇ ਮੋਬਾਈਲ ਉਹਦੇ ਮੋਬਾਈਲ ਫੋਨ ਦਾ ਨੰਬਰ ਹੈ ਮਰੀਜ਼ ਦੇ ਵਾਰਸਾਂ ਨੂੰ 6550 ਦੇ ਕੇ ਠੇਕੇਦਾਰ ਨੇ ਆਪਣਾ ਉल्लू ਸਿੱਧਾ ਕਰਨ ਦਾ ਇਹ ਠੀਕ ਮੌਕਾ ਸਮਝਿਆ ਨਾਲੇ ਤੁਸੀਂ ਆਖਦੇ ਹੋ ਸ਼ਹਾਦਤ ਤੇ ਗਏ ਨੇ ਉਹ ਛੱਡੋ ਅਦਾਲਤ ਨੂੰ ਬੇਨਤੀ ਕਰ ਦੇਣਗੇ ਆਖ ਦੇਣਗੇ ਐਮਰਜੈਂਸੀ ਕੇਸ ਆ ਗਿਆ ਜੇਬ ਚੋਂ ਮੋਬਾਈਲ ਫੋਨ ਕੱਢ ਕੇ ਠੇਕੇਦਾਰ ਉਹਨਾਂ ਦੇ ਹੰਗਾਰੇ ਦਾ ਇੰਤਜ਼ਾਰ ਕਰਨ ਲੱਗਾ ਬੁਲਾ ਫਿਰ دیر ਕਿਉਂ ਕੀਤੀ ਡਾਕਟਰ ਦੇਵ ਨੇ ਠੇਕੇਦਾਰ ਦੀ ਹਾਂ ਝਾਂਪਰੀ ਪਹਿਲਾਂ ਫੀਸ ਤੈਅ ਕਰੋ ਕੁਝ ਅਡਵਾਂਸ ਦਿਓ ਫੇਰ ਹੀ ਡਾਕਟਰ ਆਏਗਾ ਦੱਸ ਦਿਆਂ ਤੈਨੂੰ 1 ਮਿੰਟ ਰੁਕ ਆਕੇ ਡਾਕਟਰ RAMNAD ਤੇ ਸਰਦਾਰੀ ਲਾਲ ਨੂੰ ਇੱਕ ਪਾਸੇ ਲੈ ਗਿਆ ਇੱਥੇ ਜਿੰਨੀ ਦੇਰ ਹੋਏਗੀ ਮਰੀਜ਼ ਦੀ ਜਾਨ ਨੂੰ ਓਨਾ ਖਤਰਾ ਵੱਧਦਾ ਜਾਏਗਾ ਮੇਰੇ ਵਿਚਾਰ ਚ ਸਾਨੂੰ ਇਹਨਾਂ ਨੂੰ ਇੱਥੋਂ ਫੌਰਨ ਸ਼ਿਫਟ ਕਰ ਦੇਣਾ ਚਾਹੀਦਾ ਪਰ ਕਾਨੂੰਨ ਕੀ ਕਹਿੰਦਾ ਹੈ ਤੁਸੀਂ ਦੇਖੋ ਡਾਕਟਰ ਦੇਵ ਨੇ ਡਾਕਟਰੀ ਨਜ਼ਰੀਏ ਤੋਂ رائے ਦਿੱਤੀ ਕੇਸ ਦੇ ਸਿਰੇ ਚੜਨ ਦੀ ਕੋਈ ਆਸ ਨਹੀਂ ਪੱਠ ਪੈ ਕਾਨੂੰਨ ਤੇ ਮੁਲਜ਼ਮ ਸਾਨੂੰ ਮਰੀਜ਼ਾਂ ਨੂੰ ਬਚਾਉਣਾ ਚਾਹੀਦਾ ਹੈ ਇਹ ਕਾਨੂੰਨੀ رائے ਸੀ ਫਿਰ ਠੀਕ ਹੈ ਛੁੱਟੀ ਕਰਾਓ ਤੇ ਚੱਲੋ ਬਹੁਤਾ ਸੋਚਣ ਦਾ ਵਕਤ ਨਹੀਂ ਹੈ ਡਾਕਟਰ ਦੇਵ ਨੇ ਤੁਰੰਤ ਫੈਸਲਾ ਕਰ ਦਿੱਤਾ ਇਸੇ ਦੌਰਾਨ ਇੱਕ ਹੌਲਦਾਰ ਹੱਥੀ ਕੋਠੀਆਂ ਸੁਨੇਹਾ ਆ ਗਿਆ ਪੁਲਿਸ ਕਪਤਾਨ ਦੋ ਵਾਰ ਕੋਠੀ ਦਾ ਚੱਕਰ ਲਾ ਚੁੱਕਾ ਸੀ ਕਿਸੇ ਮੰਤਰੀ ਨੇ ਮੌਕਾ ਦੇਖਣ ਆਉਣਾ ਸੀ ਮੰਤਰੀ ਦੇ ਪੁੱਜਣ ਤੋਂ ਪਹਿਲਾਂ ਪਰਚਾ ਦਰਜ ਹੋਣਾ ਜ਼ਰੂਰੀ ਸੀ ਪੱਤਰਕਾਰ ਤੇ ਟੀਵੀ ਚੈਨਲਾਂ ਦੇ ਕੈਮਰਾਮੈਨ ਕਾਲੇ ਪਏ ਸੀ ਉਹਨਾਂ ਆਪਣੀਆਂ ਰਿਪੋਰਟਾਂ ਫਾਈਲ ਕਰਨੀਆਂ ਸਨ ਮੰਤਰੀ ਜੀ ਨੇ ਪ੍ਰੈਸ ਕਾਨਫਰੰਸ ਬੁਲਾਈ ਸੀ ਉਹਨਾਂ ਨੇ ਤੱਥਾਂ ਦੀ ਜਾਣਕਾਰੀ ਦੇ ਕੇ ਕੁਝ ਐਲਾਨ ਕਰਨੇ ਸਨ ਇਹ ਸਭ ਕੁਝ ਪਰਚਾ ਦਰਜ ਨਾ ਹੋਣ ਕਾਰਨ ਰੁਕਿਆ ਹੋਇਆ ਸੀ ਵਕੀਲ ਸਾਹਿਬ ਮੌਕੇ ਤੇ ਪੁੱਜਣ ਤੇ ਕਾਨੂੰਨੀ ਕਾਰਵਾਈ ਮੁਕੰਮਲ ਹੋਣ ਚ ਪੁਲਿਸ ਦੀ ਸਹਾਇਤਾ ਕਰਨ RAMNAD ਪੁਲਿਸ ਦੀ ਮਜਬੂਰੀ ਨੂੰ ਸਮਝ ਰਿਹਾ ਸੀ ਪੱਤਰਕਾਰਾਂ ਜਾਂ ਮੰਤਰੀ ਦੀ ਉਹਨੂੰ ਪਰਵਾਹ ਨਹੀਂ ਸੀ ਉਹਨੂੰ ਫਿਕਰ ਸੀ ਰੁਲ ਰਹੀ ਕਮਲ ਦੀ ਲਾਸ਼ ਦਾ ਸਸਕਾਰ ਤੋਂ ਪਹਿਲਾਂ ਉਹਦੇ ਪੋਸਟਮਾਰਟਮ ਹੋਣਾ ਸੀ ਪੋਸਟਮਾਰਟਮ ਤੋਂ ਪਹਿਲਾਂ ਪਰਚਾ ਦਰਜ ਹੋਣਾ ਸੀ ਪਰਚਾ ਦਰਜ ਤਾਂ ਹੋਣਾ ਸੀ ਜੇ RAMNAD ਨੂੰ ਮਲਜ਼ਮਾਂ ਬਾਰੇ ਕੁਝ ਪਤਾ ਹੋਵੇ RAMNAD ਪਰਚੇ 'ਚ ਲਿਖਾਈ ਤੱਕੀ ਨੀਲਮ ਤੇ ਵੇਦੇ ਹੋਸ਼ ਚਾਉਣ ਵਿੱਚ ਕੁਝ ਦਿਨ ਲੱਗਣੇ ਸਨ ਵਾਰਦਾਤ ਬਾਰੇ ਜਾਣਕਾਰੀ ਕੇਵਲ 네ਹਾ ਕੋਲੋਂ ਮਿਲ ਸਕਦੀ ਸੀ ਬੇਹੋਸ਼ੀ ਉਤਰਨੀ ਸ਼ੁਰੂ ਹੋ ਗਈ ਹੋਈ ਸੀ ਘੰਟੇ ਅੱਧੇ ਘੰਟੇ ਬਾਅਦ ਉਹ ਬੋਲਣ ਦੇ ਯੋਗ ਹੋ ਸਕਦੀ ਸੀ ਤੁਸੀਂ ਹਸਪਤਾਲ ਰੋ 네ਹਾ ਦੀ ਮਲਮ ਪੱਟੀ ਕਰਵਾ ਕੇ ਘਰ ਲੈ ਜਾਓ ਪੁਲਿਸ ਕਾਰਵਾਈ ਮੁਕੰਮਲ ਕਰਾਓ ਪੋਸਟਮਾਰਟਮ ਤੇ ਸੰਸਕਾਰ ਦੀ ਤਿਆਰੀ ਕਰਾਓ ਅਸੀਂ ਦੋਹਾਂ ਮਰੀਜ਼ਾਂ ਨੂੰ ਦਿਆਨੰਦ ਲੈ ਕੇ ਜਾਂਦੇ ਹਾਂ ਸਰਦਾਰੀ ਲਾਲ ਨੂੰ ਇਹੋ ਚਿਤ ਲੱਗਿਆ ਸੀ ਠੀਕ ਹੈ ਆਕੇ ਰਾਮਨਾਥ ਆਪਣੇ ਪਜਾਮੇ ਦੀ ਚੋਰ ਜੇਬ ਟਟੋਲਣ ਲੱਗਾ ਇਸ ਜੇਬ ਚ ਰਾਮਨਾਥ ਨੇ ਰੁਪਏ ਪਾਏ ਸੀ ਨੀਲਾ ਮੋਦੀ ਭੈਣ ਸੀ ਵੇਦਪੁਨਈਆ ਸਰਦਾਰੀ ਲਾਲ ਵੀ ਉਹਦਾ ਜੀਜਾ ਲੱਗਦਾ ਸੀ ਸਮਾਜਿਕ ਕਾਨੂੰਨ ਮੁਤਾਬਕ ਬਿਮਾਰੀ ਦਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਰਾਮਨਾਥ ਦੀ ਸੀ ਇਸੇ ਜ਼ਿੰਮੇਵਾਰੀ ਨੂੰ ਢਬਾਉਣ ਲਈ ਜੇਬ ਚੋਂ ਪੈਸੇ ਕੱਢ ਰਿਹਾ ਸੀ ਜੀਜਾ ਜੀ ਤੁਸੀਂ ਆ ਪੈਸੇ ਰੱਖ ਲਓ ਦੋਹਾਂ ਦੀ ਐਡਮਿਸ਼ਨ ਕਰਵਾ ਦੇਣਾ ਇੰਨੇ ਚ ਮੰਗਤ ਆ ਜਾਏਗਾ ਘਰ ਜੋ ਸੀ ਮੈਂ ਚੁੱਕ ਲਿਆ ਆਂ ਜੇਬ 'ਚ 10000 ਕੱਢ ਕੇ ਸਰਦਾਰੀ ਲਾਲ ਨੂੰ ਫੜਾਉਂਦਾ RAMNAT ਗੁਨਾਹਗਾਰਾਂ ਵਾਂਗ ਘੱਟ ਪੈਸਿਆਂ ਦੀ ਸਫਾਈ ਦੇਣ ਲੱਗਾ ਮੈਂ ਬਥੇਰੇ ਪੈਸੇ ਲੈ ਕੇ ਆਇਆ ਹਾਂ ਫਾਰਮੈਲਿਟੀ 'ਚ ਨਾ ਪੈ ਮੌਕਾ ਸੰਭਾਲ ਬਾਅਦ 'ਚ ਦੇਖ ਲਾਂਗੇ ਸਰਦਾਰੀ ਲਾਲ ਨੇ ਨੋਟਾਂ ਨਾਲ ਭਰਿਆ ਬੈਗ RAMNAT ਨੂੰ ਦਿਖਾਇਆ ਤੇ ਉਹਦੇ ਪੈਸੇ ਉਹਨੂੰ ਮੋੜਦੇ ਜਨਾਨਾ ਵਾਰਡ ਤੱਕ ਉਹ ਇਕੱਠੇ ਆਏ ਉੱਥੋਂ ਸਰਦਾਰੀ ਲਾਲ ਤੇ ਡਾਕਟਰ ਐਮਰਜੈਂਸੀ ਵਾਰਡ ਨੂੰ ਮੁੜ ਗਏ RAMNAT ਜਨਾਨਾ ਵਾਰਡ ਵੱਲ ਹੋ ਲਿਆ ਧੰਨਵਾਦ ਚਲਦਾ